ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਰਮਨੀ ਦੇ ਵਿੱਚ ਫਰੈਂਕਫੁਰਟ ਦੇ ਕੋਲ ਅੱਜ ਰੋਡ 'ਤੇ ਤੁਰਿਆ ਜਾ ਰਿਹਾ ਸੀ ਤਾਂ ਮੈਨੂੰ ਇੱਕ ਹੈਰਾਨ ਕਰਨ ਵਾਲੀ ਦਿਸੀ ਕੋਈ ਚੀਜ਼, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਇਹ ਸੜਕ ਦੇ ਉੱਤੇ ਲਿਖਿਆ ਆ ਓਫਨਾ ਬੁਸ਼ਾ ਸ਼ਰੰਕ, ਇਹਦਾ ਮਤਲਬ ਹੈ ਵੀ ਖੁੱਲ੍ਹੀ ਅਲਮਾਰੀ, ਕਿਤਾਬਾਂ ਦੀ ਖੁੱਲ੍ਹੀ ਅਲਮਾਰੀ, ਜਾਂ ਇਹਨੂੰ ਓਪਨ ਲਾਇਬ੍ਰੇਰੀ ਕਹਿ ਸਕਦੇ ਹਾਂ ਤੁਸੀਂ ਦੂਜੀ ਭਾਸ਼ਾ 'ਚ। ਇਹ ਸੜਕ ਦੇ ਉੱਤੇ ਬਣਾਈ ਆ, ਇਸ ਨੂੰ ਕੋਈ ਦਰਵਾਜ਼ਾ ਕੋਈ ਲੌਕ ਨਹੀਂ ਲਾਇਆ ਆ, ਖੁੱਲ੍ਹੀ ਆ। ਜੇ ਕਿਸੇ ਦੇ ਕੋਲ ਕੋਈ ਵੀ ਬੁੱਕ ਜਿਹੜੀ ਉਹ ਪੜ੍ਹ ਚੁੱਕਿਆ ਆ ਅਤੇ ਉਹਦੀ ਜ਼ਰੂਰਤ ਦੀ ਨਹੀਂ ਆ, ਉਹ ਇਹਦੇ ਵਿੱਚ ਰੱਖ ਜਾਂਦਾ ਆ, ਅਤੇ ਜਿਹੜੇ ਕਿਸੇ ਨੂੰ ਕੋਈ ਬੁੱਕ ਚਾਹੀਦੀ ਆ ਉਹ ਇਹਦੇ ਵਿੱਚੋਂ ਲੈ ਜਾਂਦਾ ਆ, ਅਤੇ ਪੜ੍ਹਨ ਤੋਂ ਬਾਅਦ ਫਿਰ ਵਾਪਸ ਰੱਖ ਜਾਂਦਾ ਆ। ਇਸ ਨੂੰ ਕੋਈ ਵੀ ਲੌਕ ਨਹੀਂ ਲਾਇਆ ਆ, ਤੁਸੀਂ ਇਹ ਦੇਖ ਸਕਦੇ ਹੋ, ਇਹ ਦਰਵਾਜ਼ਾ ਖੁੱਲ੍ਹ ਜਾਂਦਾ ਆ ਅਤੇ ਅੰਦਰ ਤੁਸੀਂ ਕੋਈ ਵੀ ਬੁੱਕ ਆ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ ਲੈ ਸਕਦੇ ਆ, ਅਤੇ ਜਿਹੜੀ ਤੁਹਾਡੇ ਕੋਲ ਕੋਈ ਬੁੱਕ ਜ਼ਿਆਦਾ ਆ ਉਹ ਤੁਸੀਂ ਵਾਪਸ ਇੱਥੇ ਰੱਖ ਸਕਦੇ ਆ। ਇਹ ਆ ਜੀ ਮਾਡਰਨ ਦੁਨੀਆ ਦੇ ਵਿੱਚ ਗਿਆਨ ਵੰਡਣ ਦਾ ਮਾਡਰਨ ਤਰੀਕਾ। ਅਸੀਂ ਮਾਡਰਨ ਤਾਂ ਹੋਏ ਹਾਂ ਪਰ ਅਸੀਂ ਹੋਰ ਤਰੀਕੇ ਨਾਲ ਕੱਪੜਿਆਂ ਕੁੱਪੜਿਆਂ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਅਤੇ ਜੋ ਸਾਨੂੰ ਸਾਡੇ ਪੀਰਾਂ ਫਕੀਰਾਂ ਨੇ ਗੁਰੂ ਸਾਹਿਬਾਨ ਨੇ ਗਿਆਨ ਦੇ ਭੰਡਾਰੇ ਦਿੱਤੇ ਆ ਉਹ ਅਸੀਂ ਆਮ ਦੁਨੀਆ ਤੱਕ ਵੰਡਣ ਦੇ ਵਿੱਚ ਕਾਮਯਾਬ ਨਹੀਂ ਹੋਏ। ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।